ਸਲਾਮ ਵਾਲੇਕੁਮ ਜੀ ਅੱਜ ਤੁਹਾਨੂੰ ਗੱਲ ਸੁਣਾਉਣੀ ਇੱਕ ਸਿਆਣੀ ਸੱਸ ਦੀ ਜਿੰਦੇ ਤਿੰਨ ਜਵਾਈ ਹੁੰਦੇ ਨੇ ਉਹ ਕਹਿੰਦੀ ਹੈ ਕਿਉਂ ਨਾ ਮੈਂ ਆਪਣੇ ਜਵਾਈਆਂ ਨੂੰ ਅਜ਼ਮਾਵਾਂ ਕਿਹੜਾ ਮੈਨੂੰ ਸਭ ਤੋਂ ਚੋਖਾ ਪਿਆਰ ਕਰਦਾ ਉਹ ਇੰਜ ਕਰਦੀ ਹੈ ਵੀ ਆਪਣੇ ਜਵਾਈਆਂ ਨੂੰ ਸੈਰ ਤੇ ਲੈ ਜਾਂਦੀ ਹੈ ਬਾਹਰ ਨਹਿਰ ਕਿਨਾਰੇ ਬੈਠੇ ਹੁੰਦੇ ਨੇ ਸੱਸ ਜਾਣ ਕੇ ਵਿੱਚ ਛਾਲ ਮਾਰ ਦਿੰਦੀ ਵੱਡਾ ਜਵਾਈ ਮਾਰਦਾ ਛਾਲ ਸੱਸ ਨੂੰ ਬਾਹਰ ਕੱਢ ਲੈਂਦਾ ਸੱਸ ਬੜੀ ਰਾਜ਼ੀ ਹੁੰਦੀ ਵੀ ਵੱਡਾ ਜਵਾਈ ਮੈਨੂੰ ਬੜਾ ਪਿਆਰ ਕਰਦਾ ਉਹਨਦੀ ਆਹਕਾਰ ਵਾਪਸ ਜਾਂਦੀ ਸ਼ਹਿਰੋਂ ਦਸਤੇ ਗੱਡੀ ਲੈ ਕੇ ਆਉਂਦੀ ਉਹਨੂੰ ਗੱਡੀ ਗਿਫਟ ਦੇ ਦਿੰਦੀ ਏ ਤੂੰ ਮੈਨੂੰ ਬਚਾਇਆ ਉਹ ਹਫਤਾ ਦੋ ਚਾਰ ਲੰਘਦੇ ਨੇ ਉਹ ਫਿਰ ਉਹਨਾਂ ਨੂੰ ਲੈ ਜਾਂਦੀ ਉਹ ਫਿਰ ਦੁਬਾਰਾ ਛਾਲ ਮਾਰ ਦਿੰਦੀ ਏ ਫਿਰ ਜਿਹੜਾ ਦਰਮਿਆਨ ਵਾਲਾ ਜੁਆਈ ਹੁੰਦਾ ਉਹਨੂੰ ਬਾੜ ਕੱਢ ਲੈਂਦਾ ਵਾਪਸ ਆਉਂਦੇ ਨੇ ਉਹਨੂੰ ਮੋਟਰਸਾਈਕਲ ਦਿੰਦੀ ਲੈ ਪੁੱਤਰਾ ਤੇਰਾ ਨਾਮ ਫਿਰ ਉਹਨਾਂ ਨੂੰ ਸ਼ਹਿਰ ਤੇ ਲੈ ਜਾਂਦੀ ਦੋ ਹਫਤੇ ਠਹਿ ਕੇ ਫਿਰ ਛਾਲ ਮਾਰ ਦਿੰਦੀ ਪਿੱਛੇ ਰਹਿ ਜਾਂਦਾ ਛੋਟਾ ਜੁਆਈ ਉਹ ਆਂਦਾ ਇਹਨੇ ਹੁਣ ਮੈਨੂੰ ਸਾਈਕਲ ਹੀ ਦੇਣੀ ਐ ਮੈਂ ਇਹਨੂੰ ਕਿਉਂ ਕੱਢਾਂ ਮੇਰਾ ਕਿਹੜਾ ਨੁਕਸਾਨ ਹੋਣਾ ਸੱਸ ਡੁੱਬ ਜਾਂਦੀ ਸੱਸ ਮਰ ਜਾਂਦੀ ਸੱਸ ਨੂੰ ਤਾਂ ਦਫਨਾ ਦਫਨੂ ਦੇਂਦੇ ਨੇ ਅਗਲੇ ਜਣਾ ਵੱਡਾ ਤੇ ਨਿੱਕਾ ਜੁਆਈ ਆਉਂਦੇ ਹੁੰਦੇ ਨੇ ਤੇ ਸਭ ਤੋਂ ਛੋਟਾ ਜੁਆਈ ਐ ਕੋ ਮਰਸੀਡਿਸ ਤੇ ਹੁੰਦਾ ਹੁੰਦਾ ਉਹ ਆਂਦੇ ਰ ਤੂੰ ਤਾਂ ਸੱਸ ਨੂੰ ਕੱਢੇ ਹੀ ਨਹੀਂ ਸੀ ਤੈਨੂੰ ਮਰਸੀਡਿਸ ਕਿੱਥੋਂ ਲੱਭ ਗਈ ਉਹ ਕਹਿੰਦਾ ਭਲਿਓ ਮੈਨੂੰ ਮੇਰੇ ਸਹੁਰੇ ਨੇ ਦਿੱਤੀ ਆਉਂਦੀ ਜਾਨ ਛੁੱਟ ਗਈ